ਭਾਖੜਾ ਦੇ ਵਿੱਚੋਂ ਪਾਣੀ ਛੱਡਿਆ। ਚਿੰਤਾਵਾਂ ਪੰਜਾਬ ਦੇ ਲਈ ਵੱਧ ਗਈਆਂ ਕਿ ਇੱਕ ਵਾਰ ਫਿਰ ਤੋਂ ਹੜਾਂ ਦੀ ਮਾਰ ਪੈਣ ਲੱਗੀ ਹੈ। ਅਸੀਂ ਕਿਆ ਦੱਸਣ ਆਇਆ ਹੁਣ, ਇੱਥੇ ਕੋਈ ਦੱਸਣ ਯੋਗੇ ਨਹੀਂ ਰਹੇ। ਪਿੰਡ ਦੇ ਸਰਪੰਚ ਨੇ ਨਹੀਂ ਲੱਗਣ ਦਿੱਤੀ ਸਾਡੇ ਘਰ ਮੋਹਰੇ ਠੋਕਰ, ਉਹਦੀ ਵਜ੍ਹਾ ਨਾਲ ਸਾਡਾ ਘਰ ਨਹੀਂ ਹੈ ਸਾਰਾ। हजे हुणे बनाया था, दो साल भी नहीं होए, रहायश भी हजे हुणे कीती थी ऐतकी बरसात ते, ते वो मुक्के सारा रुड़ गया। कुछ नहीं दिखा मकान का, कुछ एक एक इंच नहीं दिख रहा, सब रुड़ गया। समान बेच था को ले गए चक के, बाकी समान ते बाकी रुक गया सारे। अपना घर छड़ के चले कि पास जी? घर छड़ के गए हैं जी, होर कितने जाना है? रिश्तेदारी से चले। रिश्तेदारी से मिसाल को हड़ गया, जमीना भी हड़ गया, मकान भी, डंगर पशु भी हड़ गए, इन्हों से बहुत ज्यादा नुकसान हो गया जी। इहदा मतलब इन्हां नूं बरसात दे पहला काम करना चाहिए, हुण क्या फायदा मंत्री नाम दा इत्थे। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਅਮਿਤ ਕੁਮਾਰ। ਭਾਖੜਾ ਦੇ ਵਿੱਚੋਂ ਪਾਣੀ ਛੱਡਿਆ, ਚਿੰਤਾਵਾਂ ਪੰਜਾਬ ਦੇ ਲਈ ਵੱਧ ਗਈਆਂ ਕਿ ਇੱਕ ਵਾਰ ਫਿਰ ਤੋਂ ਹੜਾਂ ਦੀ ਮਾਰ ਪੈਣ ਲੱਗੀ ਹੈ। ਮੇਰੇ ਪਿੱਛੇ ਸਤਲੁਜ ਤੁਸੀਂ ਦੇਖ ਸਕਦੇ ਹੋ ਕਿ ਕਹਿਰ ਬਰਪਾ ਰਿਹਾ ਹੈ ਅਤੇ ਪਾਣੀ ਲਗਾਤਾਰ ਚੜ੍ਹਦਾ ਆ ਰਿਹਾ ਹੈ ਅਤੇ ਕਈ ਘਰ ਪਿੰਡ ਚਪੇੜ ਦੇ ਵਿੱਚ ਲੈ ਲਏ ਨੇ। ਜਿਸ ਇਸ ਮੋੜ 'ਤੇ ਅਸੀਂ ਖੜ੍ਹੇ ਹਾਂ, ਜਿਸ ਕਿਨਾਰੇ 'ਤੇ ਅਸੀਂ ਖੜ੍ਹੇ ਹਾਂ, ਇੱਥੇ ਪਿੰਡ ਵਾਲੇ ਆ ਕੇ ਦੇਖ ਰਹੇ ਨੇ ਕਿ ਸਥਿਤੀ ਕੀ ਬਣਦੀ ਜਾ ਰਹੀ ਹੈ, ਇਹ ਵਧੂਗਾ ਜਾਂ ਫਿਰ ਹੋਰ ਕਿੰਨੀ ਕੁ ਜ਼ਿਆਦਾ ਮਾਰ ਮਾਰੂਗਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ੀ ਦੇ ਨਾਲ ਛੱਲਾ ਮਾਰਦਾ ਇਹ ਪਾਣੀ ਸਤਲੁਜ ਦੇ ਵਿੱਚ ਅੱਗੇ ਵੱਧਦਾ ਜਾ ਰਿਹਾ, ਸਤਲੁਜ ਚੜ੍ਹਦਾ ਜਾ ਰਿਹਾ। ਭਾਖੜਾ ਦੇ ਵਿੱਚੋਂ 4 ਫਲੱਡ ਗੇਟ ਖੋਲ੍ਹੇ ਗਏ ਸੀ 2-2 ਫੁੱਟ ਤੱਕ ਦੇ, ਅਤੇ ਮਾਰ ਹੁਣ ਪੰਜਾਬ ਨੂੰ ਪੈਂਦੀ ਜਾ ਰਹੀ ਹੈ। ਇੱਕ ਪਰਿਵਾਰ ਸਾਨੂੰ ਮਿਲਿਆ, ਸਰਦਾਰ ਜੀ ਮਿਲੇ ਨੇ, ਉਹਨਾਂ ਦੇ ਪਤਨੀ ਜੀ ਮਿਲੇ ਨੇ ਜੋ ਕਿ ਅੱਖਾਂ ਦੇ ਵਿੱਚ ਹੰਝੂ ਨੇ ਉਹਨਾਂ ਦੇ, ਕਿਉਂਕਿ ਉਹ ਦਰਦ ਹੈ ਘਰ ਗਵਾਉਣ ਦਾ। ਸਾਰੀਆਂ ਉਮਰਾਂ ਲਾ ਕੇ ਘਰ ਬਣਾਇਆ ਹੁੰਦਾ ਹੈ, ਘਰਾਂ ਦੇ ਵਿੱਚ ਯਾਦਾਂ ਹੁੰਦੀਆਂ ਨੇ, ਬੱਚੇ ਵੱਡੇ ਹੁੰਦੇ ਨੇ ਅਤੇ ਉਹ ਘਰ ਦੀਆਂ ਕੰਧਾਂ ਵੀ ਤੁਹਾਡਾ ਇੱਕ ਹਿੱਸਾ ਬਣ ਜਾਂਦੀਆਂ ਨੇ, ਜੀ ਬਣ ਜਾਂਦੀਆਂ ਨੇ। ਅਤੇ ਜਦੋਂ ਘਰ ਛੱਡ ਕੇ ਤੁਰਨਾ ਪਵੇ, ਘਰ ਹੜਾਂ ਦੇ ਵਿੱਚ ਰੁੜਦੇ ਦੇਖਣੇ ਹੋਣ, ਤਾਂ ਫਿਰ ਇਹ ਸ਼ਬਦ ਨਹੀਂ ਲੱਭਦੇ ਬਿਆਨ ਕਰਨ ਦੇ ਵਾਸਤੇ। ਪਰਿਵਾਰ ਸਾਡੇ ਨਾਲ ਆ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਗੁਰਮੀਤ ਸਿੰਘ। ਗੁਰਮੀਤ ਸਿੰਘ ਜੀ, ਕਿਹੜਾ ਪਿੰਡ ਹੈ ਜੀ, ਅਤੇ ਤੁਸੀਂ ਹੁਣ ਘਰ ਛੱਡ ਕੇ ਬਾਹਰ ਆਏ ਹੋ ਜੀ? ਬਾਹਰ ਆਏ ਹਾਂ, ਘਰ ਸਾਡਾ ਰੁੜ ਗਿਆ ਸਾਰੇ, ਕੋਈ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ, ਕੋਈ ਠੋਕਰ ਨਹੀਂ, ਬਹੁਤ ਉਹਨਾਂ ਨੂੰ ਠੋਕਰਾਂ ਕਿਹਾ ਵੀ ਠੋਕਰਾਂ ਲਗਾ ਦਿਉ, ਠੋਕਰ ਨਹੀਂ ਲਗਾਈ, ਅਤੇ ਥੱਲੇ ਥੱਲੇ ਤਾਂ ਨੀਚੇ ਗੁਰਦੁਆਰੇ ਕੇ ਥੱਲੇ ਜਾ ਕੇ ਪੌਦੇ ਲਾ ਕੇ ਲਾਤੀਆਂ ਠੋਕਰਾਂ, ਉੱਪਰ ਕੋਈ ਠੋਕਰ ਨਹੀਂ ਲਾਈ, ਘਰ ਸਾਡਾ ਰੁੜ ਗਿਆ। ਘਰ ਨੀਵਾਂ ਸੀਗਾ ਜੀ, ਬਰਾਬਰ ਤਾਂ ਇੱਥੇ ਤਾਂ ਕੋਈ 2 ਕਿੱਲੇ ਦੂਰ ਤਾਂ ਘਰ, ਹਜੇ ਹੁਣੇ ਬਣਾਇਆ ਤਾਂ 2 ਸਾਲ ਵੀ ਨਹੀਂ ਹੋਏ, ਅਤੇ ਉੱਥੇ ਰਹਾਇਸ਼ ਵੀ ਹਜੇ ਹੁਣੇ ਕੀਤੀ ਸੀ ਐਤਕੀ ਬਰਸਾਤ 'ਤੇ, ਅਤੇ ਉਹ ਮੁੜ ਕੇ ਸਾਰਾ ਰੁੜ ਗਿਆ। ਜਵਾਕ ਵੱਡੇ ਹੋਏ ਹੋਣਗੇ ਤਾਂ ਘਰ ਨਵਾਂ ਬਣਵਾਇਆ ਹੋਊਗਾ? ਘਰ ਨਵਾਂ ਵੱਡਾ ਬਣਵਾਇਆ ਹੈ, ਅਤੇ ਖੇਤੀਬਾੜੀ ਕਰਦੇ ਆ, ਕੁਛ ਨਹੀਂ ਰਿਹਾ ਘਰ ਦਾ ਸਾਰਾ। ਹੁਣ ਦੂਜੇ ਗੁਰਨਾਮ ਸਿੰਘ ਦਾ, ਮੇਰੇ ਸਾਲੇ ਦਾ ਘਰ, ਉਹ ਵੀ ਰੁੜ ਰਿਹਾ ਹੈ। ਸਮਾਨ ਸਮੂਨ ਵਿੱਚ ਹੀ ਪਿਆ ਸੀ? ਸਮਾਨ ਵਿੱਚ ਥਾ ਕੋਈ ਲੈ ਗਏ ਚੱਕ ਕੇ, ਬਾਕੀ ਸਮਾਨ ਅਤੇ ਬਾਕੀ ਰੁੜ ਗਿਆ ਸਾਰੇ, ਕੁਛ ਨਹੀਂ ਦਿਖਾ ਮਕਾਨ ਦਾ, ਕੁਛ ਇੱਕ ਇੱਕ ਇੰਚ ਨਹੀਂ ਦਿਖਦਾ, ਸਭ ਰੁੜ ਗਿਆ। ਬੇਬੇ ਜੀ ਵੀ ਖੜ੍ਹੇ ਨੇ, ਤੁਸੀਂ ਜਦੋਂ ਮੈਂ ਪੁੱਛ ਰਿਹਾ ਸੀਗਾ ਤੁਹਾਡੀ ਅੱਖਾਂ ਦੇ ਵਿੱਚ ਹੰਝੂ ਆ ਗਏ ਜੀ, ਉਹ ਮੇਰੇ ਖਿਆਲ ਦਰਦ ਸਾਹਮਣੇ ਆ ਗਿਆ ਤੁਹਾਡੇ, ਕਿ ਜੋ ਘਰ ਰੀਝਾਂ ਨਾਲ ਬਣਾਇਆ ਹੁੰਦਾ ਉਹ ਰੁੜ ਗਿਆ? ਬੇਬੇ ਕੋਈ ਨਾ, ਤੁਸੀਂ ਅਸੀਂ ਕਿਆ ਦੱਸਣ ਆਇਆ ਹੁਣ, ਇੱਥੇ ਕੋਈ ਦੱਸਣ ਯੋਗੇ ਨਹੀਂ ਰਹੇ। ਹੋਇਆ ਕੀ ਸੀ, ਮਤਲਬ ਕਿ ਸ਼ੁਰੂਆਤ ਦੱਸੋ ਕਿ ਤੁਹਾਨੂੰ ਖਬਰਾਂ ਤੋਂ ਪਤਾ ਲੱਗ ਗਿਆ ਸੀ ਕਿ ਪਾਣੀ ਆ ਰਿਹਾ ਭਾਖੜਾ ਨੂੰ ਛੱਡਿਆ? ਠੋਕਰਾਂ ਨੂੰ ਬਹੁਤ, ਤਹਿਸੀਲਦਾਰ ਵੀ, ਐਸਡੀਐਮ ਵੀ ਆਏ ਆ, ਕੋਈ ਠੋਕਰ ਕੁਛ ਨਹੀਂ ਲੱਗਦੀ, ਸਰਪੰਚ ਨੇ ਨਹੀਂ ਠੋਕਰਾਂ ਲੱਗਣ ਦਿੱਤੀਆਂ ਇੱਥੇ। ਅੱਛਾ, ਤੁਹਾਡੇ ਪਿੰਡ ਦੇ ਸਰਪੰਚ? ਹਾਂਜੀ, ਪਿੰਡ ਦੇ ਸਰਪੰਚ ਨੇ ਨਹੀਂ ਲੱਗਣ ਦਿੱਤੀ ਸਾਡੇ ਘਰ ਮੋਹਰੇ ਠੋਕਰ, ਉਹਦੀ ਵਜ੍ਹਾ ਨਾਲ ਸਾਡਾ ਘਰ ਢਹਿ ਸਾਰਾ। ਕਾਰਨ ਕੀ ਹੈ ਜੀ, ਤੁਸੀਂ ਕਈ ਗਏ ਹੋਵੋਗੇ, ਬਹੁਤ ਵਾਰ ਪਿੰਡ ਦੇ ਬੰਦੇ ਗਏ ਹੋਣਗੇ ਕਿ ਯਾਰ ਕੰਮ ਕਰਵਾਓ। ਤਹਿਸੀਲਦਾਰ 2-3 ਵਾਰ ਆਇਆ, ਉਹਨੂੰ ਵਾਪਸ ਕਰਦੇ ਰਹੇ। ਜਦੋਂ ਸਭ ਕੁਝ ਰੁੜ ਗਿਆ ਹੁਣ ਲੱਗ ਪਏ ਆਣ ਇੱਥੇ ਨੂੰ, ਹੁਣ ਕਿਆ ਕਰਨਾ, ਹੁਣ ਸਾਡਾ ਤਾਂ ਘਰ ਗਿਆ ਆਇਆ।
अपने बच्चों लैके बह जाइए किदा इन्हों का गुजारा सारे खेत भी रुड़ गए सब कुछ फसल देख लो मक्की कि टहती जा रही एडी मक्की चढ़ी भी है तकरीबन घर हो गए जो रुड़ गए जी पांच घर तो रुड़ गए डंगर पैसे समान भी ट्राली गया बाकी समान भी उत्थे ही सारा आ देख लो जाके घर ढह रहा बाड़ा बूड़ा तो सारा गया उत्थे दिखदा परले पासे ते बंदोबस्त करना चाहिए ठोकर लगनी चाहिए इन्होंने सब तो बड़ी गलती करी है चेतावनी पिंड बंदे कहने यार साडे तुसीं मन दी संतुष्टि तां करो पजामा चढ़ा के मुक गया कुछ नहीं किया कोई नौकरी नहीं कुछ नहीं है खेती करते जमीना भी हड़ गया मकान भी डंगर पशु भी हड़ गए इन्होंने बहुत ज़्यादा नुकसान हो गया जी ये मतलब इन्होंने बरसात के पहला काम करना चाहिए हूँ क्या फायदा मंत्री आने का इतने कोई फायदा नहीं हूँ तो अगले मेला देख आने मेला देख के चले जाते तमाशे देखते हैं कि रोंदियाँ जनानियाँ कि बंदे रोंद साढ़े तमाशा बनावे तमाशा देखते हैं बस इन्होंने कोई दर्द पीड़ा है नहीं कोई दर्द नहीं इन्हों दर्द होंगे तो कुछ ना कुछ करते ठोकर ला दें ठोकर ला के अच्छा घर बच जाने पर इन्होंने कुछ नहीं किया गौरमेंट ने गल ता ही बनती है जेकर मुश्किल आने तो पहला उस दा समाधान कढ़िया जाए उसका हल कढ़िया जाए बाद चो गेड़े मारने तो बथेरे मार लेंगे ने क्योंकि वड्डिया वड्डिया गड्डिया तो तुहानू मिल ही गई ने गेड़े मारन दे वास्ते पर पिंड वाले जेड़े ने अपने घरां दे विच्चों निकलण नू मजबूर ने अपने घर छड के अपने खेत छड के ते अपने पोतियां नू नाल लैके कि चलो हुण आपां इत्थे नहीं रह सकते क्योंकि हड़ा ने अपना घर खा लिया होया ये एक परिवार का दर्द तुहानू सुनाया है ग्राउंड ते पहुंचे हाँ वो एक हरेक कहानी तुहाडे तक दिखाउण दे लई कि प्रशासन ने तो वह हाल नहीं जाणिया पहला पर असी तो वह हाल जाण लईए जिन्हां दे इह सताए होए ने तां इह वन्ना वल्लों वाह वर कहा जा रहा सी कि ठोकरां उत्थे ला दित्तियां जाण थोड़ा जिहा मजबूत काम हो जाए डंग सरदा सर जाऊगा पर नहीं मन्नी सरपंच ते गल पाई जा रही है कि उन्हें नहीं लवाउण दित्ती ते ना ही कोई बाद दे विच थां दित्ती तां हुण परिवार मजबूर ने अपने घर छड के रिश्तेदारियों के जाके रहण नूं एक तस्वीर दिखाई है इसे पिंड दीआं होर दर्द वालीआं तस्वीरां भी तुहानूं दिखावांगे कैमरामैन वतन दे नाल मैं अमित कुमार धन्नवाद।